ਇਹਦਾ ਅਰਥ ਵੈਸੇ ਬਾਬਿਆਂ ਨੇ ਇਹੋ ਹੀ ਸੁਣਾਇਆ ਵੀ ਗੋਰੀ ਸੇਤੀ ਟੁੱਟੇ ਪਤਾ ਕਹਿੰਦੇ ਉਹ ਇੰਨੀ ਨਹੀਂ ਪੜਦੇ ਐਂ ਕਹਿਣਗੇ ਸੱਚੇ ਪਾਤਸ਼ਾਹ ਅਰਦਾਸ ਐਂ ਕਰਦੇ ਨੇ ਮਹਾਰਾਜ ਆਪ ਜੀ ਦਾ ਬਚਨ ਹੈ ਪੁੱਤੀ ਗੰਢ ਪਵੇ ਸੰਸਾਰ ਇਹਨਾਂ ਨੇ ਪਾਠ ਕਰਾਇਆ ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੋ ਹੈਗਾ ਕੀ ਹੈ ਬਣਾ ਬੇੜਾ ਬਹਿ ਗਿਆ ਨਾ ਐਂ ਵੀ ਜੇ ਤੁਸੀਂ ਐਂ ਕਹਿੰਦੇ ਹੋ ਯਾਰ ਕੁਦਰਤ ਦਾ ਵਿਧਾਨ ਹੈ ਫਿਰ ਕਾਮਰੇਡਾਂ ਦੇ ਪੁੱਤ ਕਿਉਂ ਹੋਣ ਉਹਦੇ ਵਿਧਾਨ ਹੈ ਪੁੱਤ ਵੀ ਹੋ ਜਾਂਦਾ ਧੀ ਵੀ ਹੋ ਜਾਂਦੀ ਉਹ ਤੇ ਗੱਲ ਹੀ ਨਹੀਂ ਕੋਈ ਬੇਟਾ ਵੀ ਹੋ ਸਕਦਾ ਬੇਟੀ ਵੀ ਹੋ ਸਕਦੀ ਹੈ ਕਈ ਵਾਰੀ ਤਿੰਨ ਤਿੰਨ ਕੁੜੀਆਂ ਹੀ ਹੋ ਜਾਂਦੀਆਂ ਤਿੰਨ ਤਿੰਨ ਚਾਰ ਚਾਰ ਮੁੰਡੇ ਹੀ ਹੋ ਜਾਂਦੇ ਕਈ ਵਾਰੀ ਮਤਲਬ ਇਹਨੂੰ ਤੁਸੀਂ ਵੀ ਮਹਾਰਾਜ ਤੁਸੀਂ ਤੁਹਾਡਾ ਬਚਨ ਹੈ ਜੀ ਲੈ ਦੱਸ ਵੀ ਪੂਰਾ ਪੜੋ ਨਾ ਗੱਲ ਤੇ ਉਹਨਾਂ ਦੇ ਰਿਸ਼ਤੇ ਦੀ ਹੈ ਤੁਸੀਂ ਕਹਿੰਦੇ ਹੋ ਸੰਸਾਰ 'ਚ ਸੀਰ ਨਹੀਂ ਰਹੇ ਧਾਰਨਾ ਬਣਾ ਦੇਣਗੇ ਪੁੱਤਰਾਂ ਤੋਂ ਬਾਜ ਪਿਆਰੇ ਦੁਨੀਆਂ ਵਿੱਚ ਸੀਰ ਨਾ ਤੇ ਵਿਚਾਰੇ ਲੋਕੀ ਰੋ ਰਾ ਕੇ ਦਰਬਾਰ 'ਚ ਸੁਣ ਕੇ ਤੁਰ ਜਾਂਦੇ ਆ ਘਰੇ ਜਾ ਕੇ ਜਿਨ੍ਹਾਂ ਦੇ ਉਹ ਹੋਰ ਰੋਂਦੇ ਨੇ ਸਭ ਹੌਸਲਾ ਤੇ ਕੀ ਦੇਣਾ ਬੇੜਾ ਗਰਕ ਕਰ ਦਿੰਦੇ ਹੌਸਲਾ ਤੇ ਇਹ ਦਿਓ ਵੀ ਕੁੜੀਆਂ 'ਚ ਕੀ ਫਰਕ ਹੈ ਸਾਖੀ ਨਹੀਂ ਸੁਣਾਉਂਦੇ ਹੁੰਦੇ ਉਹ ਜਿਹੜੀ ਕਹਿੰਦੇ ਕਿ ਇੱਥੇ ਇੱਥੇ ਹੀ ਗੁਰਦੁਆਰਾ ਹੈ ਸੰਗਰੂਰ ਨੂੰ ਜਾਈਏ ਪਟਿਆਲੇ ਤੋਂ ਸੰਗਰੂਰ ਰੋਡ ਦੇ ਉੱਤੇ ਹੈ ਉੱਥੇ ਬੋਰਡ ਲੱਗਿਆ ਪਤਾ ਕੀ ਹੈ ਮਹਾਰਾਜ ਨੇ ਇੱਥੋਂ ਲੜਕੀ ਤੋਂ ਲੜਕਾ ਬਣਾਇਆ ਸੀ ਰਾਜਾ ਕਹਿੰਦਾ ਸੀ ਮੇਰੇ ਪੁੱਤ ਹੋਵੇ ਹੋ ਗਈ ਕੁੜੀ ਮੁੜ ਕੇ ਡਰਦਿਆਂ ਮਾਰਿਆਂ ਉਹਨੂੰ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖੇ ਰਾਣੀ ਨੇ ਬੱਚਾ ਉਹਦੇ ਮੁੰਡਾ ਭਾਲਦਾ ਸੀ ਕੁੜੀ ਨੂੰ ਮੁੰਡਾ ਬਣਾ ਕੇ ਦੱਸਿਆ ਵੱਡਾ ਹੋ ਗਿਆ ਘੋੜ ਸਵਾਰੀ ਸਿਖਾਈ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖਿਆ ਕਰੇ ਤੇ ਰਾਜਾ ਕਹਿੰਦਾ ਮੈਂ ਆਪਣੇ ਰਾਜਕੁਮਾਰ ਦਾ ਵਿਆਹ ਕਰਨਾ ਵੀ ਮੈਂ ਤੇ ਮੁੰਡਾ ਵਿਆਹਣਾ ਹੈਗੀ ਕੁੜੀ ਸੀ ਏਦਾਂ ਸੁਣਾਉਂਦੇ ਨੇ ਬਾਬੇ ਤੇ ਕਹਿੰਦੇ ਜਦੋਂ ਫਿਰ ਉਹ ਰਾਣੀ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਕੇ ਆਓ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਤੇ ਉਦੋਂ ਉਧਰੋਂ ਚੈੱਕ ਉਹਨਾਂ ਨੇ ਰਿਸ਼ਤਾ ਜਿੱਥੇ ਕਰਨਾ ਸੀ ਉਹ ਜਦੋਂ ਏਦਾਂ ਦਰਬਾਰ ਲੱਗਿਆ ਹੋਇਆ ਮਹਾਰਾਜ ਨੇ ਕਿਹਾ ਆ ਜਾ ਕਾਕਾ ਆ ਜਾ ਮੁੰਡਿਆ ਕਹਿੰਦੇ ਮੁੰਡਾ ਕਹਿ ਦਿੱਤਾ ਤੇ ਕੁੜੀ ਤੋਂ ਮੁੰਡਾ ਬਣ ਗਿਆ ਉੱਥੇ ਗੁਰਦੁਆਰਾ ਬਣਾਇਆ ਕਹਿੰਦੇ ਇੱਥੇ ਕੁੜੀ ਤੋਂ ਮੁੰਡਾ ਕਰਿਆ ਸੀ ਇਹ ਕਿਉਂ ਨਹੀਂ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਰਾਜੇ ਦੇ ਦਿਮਾਗ 'ਚ ਇਹੋ ਜਿਹੀ ਅਕਲ ਦਿੱਤੀ ਉਹਨੂੰ ਕੁੜੀ ਹੋਈ ਮੁੰਡੇ ਵਰਗੀ ਲੱਗਣ ਲੱਗ ਗਈ ਐਂ ਕਿਉਂ ਨਹੀਂ ਕਹਿੰਦੇ ਕਈਆਂ ਨੂੰ ਕੁੜੀਆਂ ਮੁੰਡਿਆਂ ਵਰਗੀਆਂ ਨਹੀਂ ਲੱਗਦੀਆਂ ਕਈ ਆਪਣੀਆਂ ਲੜਕੀਆਂ ਨੂੰ ਵੀ ਮੁੰਡੇ ਸਮਝਦੇ ਨੇ ਮੁੰਡਿਆਂ ਤੋਂ ਵੱਧ ਕੇ ਕੁੜੀਆਂ ਨੂੰ ਪਿਆਰ ਕਰਦੇ ਨੇ ਅੱਜ ਦੇ ਸਮੇਂ 'ਚ ਕੋਈ ਫਰਕ ਨਹੀਂ ਕਈ ਬੰਦੇ ਕਹਿੰਦੇ ਇੱਕ ਬੇਟੀ ਹੋ ਗਈ ਬਸ ਬਹੁਤ ਹੈ ਦੋ ਬੇਟੀਆਂ ਹੋ ਗਈਆਂ ਕਹਿੰਦੇ ਬਹੁਤ ਮੁੰਡਾ ਭਾਲਦੇ ਹੀ ਨਹੀਂ ਕਈ ਇਹ ਅਕਲ ਵਾਲੀ ਗੱਲ ਹੈ ਸਿਖਾਣੀ ਕਿੰਨੇ ਸੀ ਗੁਰਬਾਣੀ 'ਚੋਂ ਸਮਝ ਕੇ ਸਾਡੇ ਵਰਗੇ ਧਾਰਮਿਕ ਲੋਕਾਂ ਨੇ ਪਰ ਅੱਜ ਜਿਹੜਾ ਪੜ੍ਹਿਆ ਲਿਖਿਆ ਜ਼ਮਾਨਾ ਅੱਜ ਉਹ ਸਮਝਿਆ ਪਰ ਅੱਜ ਤੋਂ 15-20 ਸਾਲ ਪਹਿਲਾਂ ਕੋਈ ਨਹੀਂ ਸੀ ਸਮਝਦਾ ਹੁੰਦਾ ਸਮਝਾਉਣ ਦੀ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਨੇ ਨਹੀਂ ਸਮਝਾਇਆ ਉਹ ਤੇ ਸਾਖੀ ਇਹ ਸੁਣਾਉਂਦੇ ਆ ਮਹਾਰਾਜ ਨੇ ਮੁੰਡਾ ਕਰਤਾ ਬਣਾਤਾ ਮੁੰਡਾ ਐਂ ਕਿਵੇਂ ਇਹ ਦੱਸੋ ਵੀ ਮਹਾਰਾਜ ਨੇ ਜਦੋਂ ਉਹਨੂੰ ਸਮਝਾਇਆ ਨਾ ਉਹਦੇ ਅੰਦਰ ਧੀ ਪੁੱਤ ਦਾ ਫਰਕ ਹੀ ਨਿਕਲ ਗਿਆ ਉਹ ਕਹਿੰਦਾ ਮੇਰੀ ਧੀ ਹੀ ਪੁੱਤਾਂ ਵਰਗੀ ਹੈ ਬਣੀ ਨਾ ਗੱਲ ਫਿਰ ਪਰ ਹੁਣ ਕਮਲੇ ਜਦੋਂ ਸਿਫਤ ਕਰਨਗੇ ਜਿਹਦੀ ਸਿਫਤ ਕਰਨਗੇ ਉਹਦੀ ਵੀ ਸੱਤਿਆਨਾਸ਼ ਕਰ ਦੇਣਗੇ ਆਪਣੇ ਮਨੋਂ ਤੇ ਸਿਫਤ ਕਰਦੇ ਐ ਇਹ ਨਹੀਂ ਸੋਚਦੇ ਵੀ ਜੇ ਕਿਸੇ ਗੋਰੇ ਨੂੰ ਜਾ ਕੇ ਦੱਸਾਂਗੇ ਮਹਾਰਾਜ ਨੇ ਕੁੜੀ ਤੋਂ ਮੁੰਡਾ ਕਰਿਆ ਉਹ ਗੋਰਾ ਐ ਕਹੂ ਵੀ ਕਮਲਿਓ ਕੁੜੀ ਤੋਂ ਮੁੰਡਾ ਕਰਨਾ ਕਿਉਂ ਐ ਕੁੜੀ ਨੂੰ ਕੁੜੀ ਰਹਿਣ ਦਿਓ ਲੜਕੀ ਨੂੰ ਲੜਕੀ ਨਹੀਂ ਰਹਿਣ ਦਿੱਤਾ ਬਾਬੇ ਨੇ ਕਿਉਂ ਮੁੰਡਾ ਬਣਾਉਣਾ ਇਹ ਤੇ ਕੁੜੀ ਹੋਈ ਠੀਕ ਸੀ ਇਹ ਨਹੀਂ ਸਮਝਦੇ ਵੀ ਕੱਲ ਨੂੰ ਜੇ ਕਿਸੇ ਨੇ ਗੱਲ ਪੁੱਛ ਲਈ ਜਵਾਬ ਕੀ ਦੇਵਾਂਗੇ ਇਦਾਂ ਹੀ ਆ ਨਾ ਫਿਰ ਹੁਣ ਜਿਵੇਂ ਕਹੀ ਜਾਂਦੇ ਨੇ ਰੱਬ ਸਾਰਾ ਕੁਝ ਕਰਦਾ ਤੇ ਇਹ ਨਹੀਂ ਸੋਚਦੇ ਵੀ ਜੇ ਕਿਸੇ ਨੇ ਪੁੱਛ ਲਿਆ ਵੀ ਕਰੋਨਾ ਵੀ ਰੱਬ ਨੇ ਕੀਤਾ ਫਿਰ ਕੀ ਜਵਾਬ ਦੇਵਾਂਗੇ ਜੇ ਅਗਲੇ ਨੇ ਪੁੱਛ ਲਿਆ ਵੀ ਸਾਹਿਬਜ਼ਾਦ ਦੀਆਂ ਸ਼ਹੀਦੀਆਂ ਵੀ ਰੱਬ ਦੇ ਹੁਕਮ 'ਚ ਹੀ ਹੋਈਆਂ ਸੀ ਰੱਬ ਲਿਖਦਾ ਹੈ ਮਤਲਬ 7 ਤੇ 9 ਸਾਲ ਦੀ ਉਮਰ ਰੱਬ ਨੇ ਲਿਖੀ ਸੀ ਫਿਰ ਮੂੰਹ 'ਚ ਘੁੰਗਣੀ ਆ ਮਿਣਕ ਮਿਣਕ ਨਹੀਂ ਨਹੀਂ ਉਹ ਵੀ ਮੌਜ ਹੈ ਜੇ ਜੇ ਦੱਸੇ ਕੋਈ ਜਵਾਬ ਹੈ ਕੋਈ ਕਿਸੇ ਗੱਲ ਦਾ ਜਾਨੀ ਕਿ ਜਦੋਂ ਗੱਲ ਕਰਨੀ ਹੈ ਸਿਫਤ ਕਰਨੀ ਹੈ ਉਨੀ ਕਰਨੀ ਹੈ ਜਿੰਨੀ ਹੈ ਸਹੀ ਹੈ ਗੱਲ ਸਾਡੇ ਪਾਤਸ਼ਾਹ ਨੇ ਕਿਤੇ ਫਰਕ ਰੱਖਿਆ ਉਹ ਤੇ ਦੱਸ ਲੜਕੀ ਲੜਕੇ 'ਚ ਹੁਣ ਲਓ ਸ਼ਬਦ ਆਸਾ ਦੀ ਵਾਰ 'ਚ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਭੰਡ ਬੂਆ
ਭੰਡ ਭਾਲੀਏ ਭੰਡ ਹੋਵੇ ਮੰਦਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾ ਭੰਡ ਔਰਤ ਕਹਿੰਦੇ ਮਾਂ ਦੇ ਢਿੱਡ 'ਚ ਜੰਮਿਆ ਮਾਂ ਦੇ ਢਿੱਡ 'ਚ ਤੂੰ ਵਧਿਆ ਫੁੱਲਿਆ ਦੋਸਤੀ ਤੇਰੀ ਪਈ ਤਾਂ ਵੀ ਔਰਤ ਨਾਲ ਮੰਗਿਆ ਔਰਤ ਨਾਲ ਵਿਆਹਿਆ ਔਰਤ ਨਾਲ ਤੇ ਤੂੰ ਕਹੀ ਜਾਂਦਾ ਔਰਤ ਮਾੜੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਰਾਜਿਆਂ ਨੂੰ ਕਹਿੰਦਾ ਨੇਕ ਲੰਕ ਰਾਜਾ ਹੁੰਦਾ ਨੇਕ ਲੰਕ ਤੇ ਨੇਕ ਲੰਕ ਨੂੰ ਜੰਮਣ ਵਾਲੀ ਨੂੰ ਕਹਿੰਦਾ ਇਹ ਮਾੜੀ ਹੈ ਕਲੰਕ ਕਲੰਕ ਲੱਗਿਆ ਔਰਤ ਹੋਣਾ ਹੀ ਮਾੜਾ ਗੁਰੂ ਨਾਨਕ ਵਰਗਾ ਬਾਬਾ ਕਿਹੜਾ ਇੱਥੇ ਗੁਰੂ ਪਾਤਸ਼ਾਹ ਕੀ ਕਹਿੰਦੇ ਇਹਨਾਂ ਕਮਲਿਆਂ ਦੇ ਹੱਥ ਆ ਗਿਆ ਕਹਿੰਦੇ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਭਾਅ ਵੇਚਦਾ ਸਾਡੇ ਵਾਲਿਆਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਏ ਅਸੀਂ ਗੋਲਕ ਰੱਖਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰ ਸਕੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਿਰਫ ਮੱਥਾ ਟਿਕਾਉਣ ਲਈ ਰੱਖਿਆ ਟਿਕਣ ਲਈ ਵੀ ਨਹੀਂ ਟਿਕਾਉਣ ਲਈ ਜ਼ਿਆਦਾਤਰ ਲੋਕਾਂ ਨੇ ਪੜ੍ਹਿਆ ਥੋੜ੍ਹਾ ਸਮਝਾਇਆ ਥੋੜ੍ਹਾ ਲੋਕਾਂ ਨੂੰ ਦੱਸਿਆ ਥੋੜ੍ਹਾ ਕੁਛ ਮਤਲਬ ਇੱਕ ਵਰਤਿਆ ਬਸ ਵਰਤਿਆ ਵਿਖਾਉਣ ਲਈ ਨਗਰ ਕੀਰਤਨ ਕਿੰਨੇ ਕੀਤੇ ਜਾਂਦੇ ਨੇ ਇਹ ਸੋਚ ਕੇ ਕਿਤੇ ਸੰਗਤਾਂ ਦਰਸ਼ਨ ਕਰਕੇ ਧੰਨ ਹੋ ਜਾਣਗੇ ਇਹ ਸੋਚਦੇ ਨੇ ਪ੍ਰਬੰਧਕ ਸੋਚਦੇ ਨੇ ਅਗਰਾਈਆਂ ਕਿੰਨੀਆਂ ਚੜਾਵੇ ਮਤਲਬ ਮਾਰਨ ਨੂੰ ਤਾਂ ਲੈ ਕੇ ਜਾਣਾ ਚੜਾਈਆਂ ਦਿਮਾਗ 'ਚ ਕੀ ਹੈ ਅਗਰਾਈਆਂ ਚੜਾਵੇ ਬੱਲੇ ਬੱਲੇ ਚੱਲ ਹੋਰ ਨਹੀਂ ਕੁਝ ਸਰੋਪੇ ਪ੍ਰਧਾਨਗੀਆਂ ਚਮਕਾਵਾਂਗੇ ਯਾਰ ਇਹ ਹੈ ਮਨ ਵਿੱਚ ਵੀ ਦਰਸ਼ਨ ਕਰਾ ਕੇ ਲਿਆਈਏ ਲੋਚ ਰਹੇ ਨੇ ਅਗਲੇ ਅਗਲੇ ਵੀ ਕਿਹੜਾ ਘੱਟ ਨੇ ਅਗਲੇ ਵੀ ਕਹਿੰਦੇ ਕਿੱਥੇ ਜਾਮ ਲਾਇਆ ਤੁਸੀਂ ਐਂ ਕਹਿੰਦੇ ਨੇ ਅਗਲੇ ਵੀ ਐਂ ਕਹਿੰਦੇ ਮਤਲਬ ਕਹਿੰਦੇ ਬੇਕਦਰਾਂ ਦੇ ਹੱਥ ਆਇਆ ਹੈ ਮੈਂ ਤਾਂ ਕਈ ਵਾਰੀ ਸੋਚਿਆ ਵੀ ਜੇ ਗੁਰੂ ਗ੍ਰੰਥ ਸਾਹਿਬ ਗੋਰਿਆਂ ਦੇ ਕੋਲ ਹੁੰਦੇ ਨਾ ਜਿਸ ਹਿਸਾਬ ਨਾਲ ਉਹ ਬੰਦੇ ਸੋਚਦੇ ਆ ਤੇ ਅੱਜ ਉਹਨਾਂ ਨੇ ਦੁਨੀਆ ਦੇ ਨਕਸ਼ੇ ਦੇ ਉੱਤੇ ਜੇ ਕੋਈ ਸਭ ਤੋਂ ਅੱਗੇ ਉਹਨਾਂ ਨੇ ਲੈ ਜਾਣਾ ਸੀ ਗੁਰੂ ਗ੍ਰੰਥ ਸਾਹਿਬ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਤਰੀਕੇ ਸਿਰ ਨਾ ਸਮਝੇ ਨਾ ਸਮਝਾਇਆ ਨਾ ਸਮਝੇ ਨਾ ਸਮਝਾਇਆ